ਹੈਲੋ एवरीवन ਇਸ ਵੀਡੀਓ ਦੇ ਵਿੱਚ ਤੁਹਾਨੂੰ ਨੋਟਸ ਮਿਲਣਗੇ ਜਿੰਨਾ ਬੱਚਿਆਂ ਦੇ ਕੋਲ ਟੀਚਿੰਗ ਸਬਜੈਕਟ ਐ ਐਸਐਸਟੀ ਐ ਸੋਸ਼ਲ ਸਟੱਡੀਆਂ ਐ ਉਹਨਾਂ ਬੱਚਿਆਂ ਦੇ ਲਈ ਐ ਇਹ ਨੋਟਸ ਇਸ ਦੇ ਵਿੱਚ ਜੋ ਆਪਾਂ ਟੌਪਿਕ ਕਰਾਂਗੇ ਉਹ ਆਪਾਂ ਟੌਪਿਕ ਕਰਾਂਗੇ ਵਿਆਖਿਆ ਅਤੇ ਲੈਕਚਰ ਵਿਧੀ ਵਿੱਚ ਸਮਾਨਤਾਵਾਂ ਐਕਸਪਲੇਨੇਸ਼ਨ ਐਂਡ ਲੈਕਚਰ ਮੈਥਡ ਦੇ ਵਿੱਚ ਕੀ ਸਿਮਿਲੈਰिटीज ਨੇ ਉਹਨਾਂ ਦੇ ਬਾਰੇ ਦੇ ਵਿੱਚ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਐਕਸਪਲੇਨੇਸ਼ਨ ਦਾ मीनिंग ਤੇ ਲੈਕਚਰ ਮੈਥਡ ਦਾ मीनिंग ਮਿਲ ਜਾਵੇਗਾ ਤੇ ਇਸ ਤੋਂ ਇਲਾਵਾ ਤੁਹਾਨੂੰ ਇਹਨਾਂ ਦੇ ਵਿੱਚ ਕੀ ਸਮਾਨਤਾਵਾਂ ਨੇ ਦੋਨਾਂ ਦੇ ਵਿੱਚ ਉਹਨਾਂ ਦੇ ਬਾਰੇ ਦੇ ਵਿੱਚ ਤੁਹਾਨੂੰ ਨੋਟਸ ਮਿਲ ਜਾਣਗੇ ਇਹ ਕੰਪਲੀਟ ਵੀਡੀਓ ਹੋਵੇਗੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜਿਹੜੇ ਵੀ ਬੱਚੇ ਨਵੇਂ ਆਉਂਦੇ ਨੇ ਜਿਨ੍ਹਾਂ ਨੇ ਹਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਜੇਕਰ ਵੀਡੀਓ ਵਧੀਆ ਲੱਗੇ ਤੁਹਾਡੇ ਲਈ ਹੈਲਪਫੁਲ ਰਹੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਜੋ ਮੈਂ ਹੋਰ ਨੋਟਸ ਤੇ ਵੀਡੀਓ ਤੁਹਾਡੇ ਲਈ ਲੈ ਕੇ ਆ ਸਕਾਂ ਆਪਾਂ ਸਟਾਰਟ ਕਰਦੇ ਆ ਅੱਜ ਦੇ ਜੋ ਨੋਟਸ ਐ ਆਪਣੇ ਕੋਲ ਵਿਆਖਿਆ ਅਤੇ ਲੈਕਚਰ ਵਿਧੀ ਦੇ ਵਿੱਚ ਸਮਾਨਤਾਵਾਂ ਤੋ ਇਹ ਹੈਗਾ ਜੀ ਤੁਹਾਡਾ ਯੂਨਿਟ 2 ਦਾ ਟਾਪਿਕ ਜਿੰਦੇ ਵਿੱਚ ਤੁਹਾਡਾ ਲੈਕਚਰ ਮੈਥਡ ਵੀ ਹੈਗਾ ਤੇ ਐਕਸਪਲੇਨੇਸ਼ਨ ਹੈਗਾ ਸੀ ਦੇ ਵਿੱਚ ਤੇ ਏ ਦੇ ਵਿੱਚ ਹੈਗਾ ਲੈਕਚਰ ਮੈਥਡ ਇਹ ਦੋਨੋਂ ਵੈਸੇ ਅਲੱਗ-ਅਲੱਗ ਟਾਪਿਕ ਨੇ ਪਰ ਕਈ ਵਾਰੀ ਐਗਜ਼ਾਮ ਦੇ ਵਿੱਚ ਤੁਹਾਨੂੰ ਇਹਨਾਂ ਦੇ ਵਿੱਚ ਜਿਹੜੀਆਂ ਸਿਮਿਲੈਰिटीज ਪੁੱਛ ਲਈਆਂ ਜਾਂਦੀਆਂ ਨੇ ਜਾਂ ਡਿਫਰੈਂਸ ਪੁੱਛ ਲਏ ਜਾਂਦੇ ਨੇ ਇਹ ਜਿੰਨੇ ਵੀ ਮੈਥਡ ਹੋਣਗੇ ਤੁਹਾਡੇ ਯੂਨਿਟ 2 ਦੇ ਵਿੱਚ ਜਿਨ੍ਹਾਂ ਬੱਚਿਆਂ ਕੋਲ ਟੀਚਿੰਗ ਸਬਜੈਕਟ ਸੋਸ਼ਲ ਸਟਡੀ ਹੈ ਜੋਨਾਂ ਦਾ ਯੂਨਿਟ 2 ਆ ਉਹਦੇ ਵਿੱਚ ਜਿਹੜੇ ਮੈਥਡ ਦਿੱਤੇ ਹੁੰਦੇ ਨੇ ਕਈ ਵਾਰ ਕੀ ਮਿਕਸ ਕਰਕੇ ਜਿਹੜੇ ਐਗਜ਼ਾਮ ਦੇ ਵਿੱਚ ਪੁੱਛ ਲਏ ਜਾਂਦੇ ਨੇ ਸਿਮਿਲੈਰिटीज ਪੁੱਛ ਲਈਆਂ ਜਾਂਦੀਆਂ ਨੇ ਤੇ ਜਾਂ ਫਿਰ ਡਿਫਰੈਂਸ ਵੀ ਪੁੱਛ ਲਏ ਜਾਂਦੇ ਨੇ ਇਸ ਕਰਕੇ ਸਟਾਪਿੰਗ ਨੂੰ ਜਿਹੜਾ ਹੈ ਚੰਗੇ ਤਰ੍ਹਾਂ ਨਾਲ ਜਿਹੜਾ ਹੈ ਕੰਪਲੀਟ ਜਿਹੜਾ ਸਟੱਡੀ ਇਹਦੇ ਤੇ ਕਰੋ ਤੁਸੀਂ ਤਾਂ ਅੱਜ ਦੇ ਜੋ ਆਪਾਂ ਟੌਪਿਕ ਹੈ ਜੋ ਨੋਟਸ ਹੈ ਉਹ ਸਟਾਰਟ ਕਰਦੇ ਹਾਂ ਜੀ ਆਪਾਂ ਵਿਆਖਿਆ ਦੇ ਲੈਕਚਰ ਵੀ ਦੀ ਵਿੱਚ ਸਮਾਨਤਾਵਾਂ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਜੀ ਇੰਟਰੋਡਕਸ਼ਨ ਇੱਕ ਅਧਰਸ ਸਿੱਖਿਆ ਪ੍ਰਣਾਲੀ ਵਿੱਚ ਸਿੱਖਿਆ ਪ੍ਰਦਾਨ ਕਰਨ ਲਈ ਸਹੀ ਅਧਿਆਪਨ ਵਿਧੀ ਦੀ ਚੋਣ ਕਰਨਾ ਇੱਕ ਮਹੱਤਵਪੂਰਨ ਕੰਮ ਹੈ ਅਧਿਆਪਕ ਦੁਆਰਾ ਵਿਦਿਆਰਥੀ ਨੂੰ ਸਿੱਖਿਆ ਦੇਣ ਦੇ ਲਈ ਬਹੁਤ ਸਾਰੇ ਸਿਧਾਂਤ ਅਤੇ ਤਰੀਕੇ ਹਨ ਅਧਿਆਪਕ ਇਹਨਾਂ ਵਿੱਚੋਂ ਸੋਚ ਸਮਝ ਕੇ ਕਿਸੇ ਵੀ ਮੈਥਡ ਦੀ ਚੋਣ ਕਰਦਾ ਹੈ ਤਾਂ ਜੋ ਵਿਦਿਆਰਥੀ ਤੱਕ ਆਪਣੀ ਸਿੱਖਿਆ ਨੂੰ ਪਹੁੰਚਾ ਸਕੇ ਜੇਕਰ ਆਪ ਜੇਕਰ ਸਹੀ ਸਿੱਖਿਆ ਬੱਚੇ ਨੂੰ ਦੇਣੀ ਹੈ ਤਾਂ ਅਧਿਆਪਕ ਦੇ ਲਈ ਇਹ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਸਹੀ ਜਿਹੜੇ ਮੈਥਡ ਦੀ ਜਿਹੜੀ ਚੋਣ ਕਰੇ ਤਾਂ ਜੋ ਆਪਣੀ ਜਿਹੜੀ ਗੱਲ ਨੂੰ ਉਹ ਬੱਚੇ ਤੱਕ ਪਹੁੰਚਾ ਸਕੇ ਆਪਣੀ ਸਿੱਖਿਆ ਨੂੰ ਜਾਂ ਆਪਣੇ ਜਿਹੜੇ ਟੌਪਿਕ ਨੂੰ ਕਵਰ ਕਰਵਾ ਸਕੇ ਬੱਚੇ ਨੂੰ ਉਹ ਟੌਪਿਕ ਸਮਝ ਆ ਜਾਣ ਬਹੁਤ سارے ਮੈਥਡ ਉਹ ਹੈਗੇ ਨੇ ਜਿੰਦੇ ਰਾਹੀ ਅਧਿਆਪਕ ਬੱਚੇ ਨੂੰ ਪੜ੍ਹਾ ਸਕਦਾ ਅਧਿਆਪਕ ਸੋਰਸ ਦਾ ਸੋਰਸ ਸਮਝ ਕੇ ਕਿਸੇ ਵੀ ਇੱਕ ਮੈਥਡ ਦੀ ਚੋਣ ਕਰਦਾ ਹੈ ਕਿ ਜਿੰਦੇ ਰਾਹੀ ਬੱਚੇ ਜਿਹੜੇ ਸਮਝ ਸਕਦੇ ਨੇ ਟੌਪਿਕ ਨੂੰ ਇਹ ਇੰਟਰੋਡਕਸ਼ਨ ਸਿਗੀ ਉਸ ਤੋਂ ਅੱਗੇ ਆ ਜਾਂਦੀ ਹੈ ਦੀ ਡੈਫੀਨੇਸ਼ਨ ਬਾਇੰਡਿੰਗ ਦੇ ਅਨੁਸਾਰ ਸਿੱਖਿਆ ਵਿਧੀ ਸਿੱਖਿਆ ਪ੍ਰਣਾਲੀ ਦੀ ਇੱਕ ਗਤੀਸ਼ੀਲ ਪ੍ਰਕਿਰਿਆ ਹੈ ਜਿਹੜੀ ਸਿੱਖਿਆ ਵਿਧੀ ਹੈ ਜਿਹੜਾ ਵੀ ਟੀਚਿੰਗ ਜਿਹੜਾ ਮੈਥਡ ਹੈ ਇਹ ਸਿੱਖਿਆ ਪ੍ਰਣਾਲੀ ਦੀ ਇੱਕ ਗਤੀਸ਼ੀਲ ਪ੍ਰਕਿਰਿਆ ਹੈ ਕਿਉਂਕਿ ਇਹਦੇ ਨਾਲ ਜਿਹੜੀ ਸਿੱਖਿਆ ਨੂੰ ਬੱਚੇ ਤੱਕ ਪਹੁੰਚਾਇਆ ਜਾਂਦਾ ਹੈ ਬਾਈਨਿੰਗ ਦੇ ਅਨੁਸਾਰ ਹੈ ਨੈਕਸਟ ਆ ਜਾਂਦਾ ਹੈ मीनिंग ਆਫ ਲੈਕਚਰ ਮੈਥਡ ਲੈਕਚਰ ਵਿਧੀ ਇੱਕ ਅਜਿਹੀ ਸਿੱਖਿਆ ਵਿਧੀ ਹੈ ਜਿੱਥੇ ਅਧਿਆਪਕ ਪ੍ਰਾਇਮਰੀ ਗਿਆਨ ਸਰੋਤ ਵਜੋਂ ਕੰਮ ਕਰਦਾ ਹੈ ਇਹ ਸਭ ਤੋਂ ਪੁਰਾਣੀ ਅਧਿਆਪਨ ਵਿਧੀ ਹੈ ਜੋ ਕਿ ਵੱਡੇ ਵਿਦਿਆਰਥੀਆਂ ਨੂੰ ਸਮਾਜਿਕ ਅਧਿਐਨ ਵਿਸ਼ਾ ਪੜਾਉਣ ਦੇ ਲਈ ਵਰਤੀ ਜਾਂਦੀ ਹੈ। ਭਾਸ਼ਣ ਵਿਧੀ ਕੇਂਦ੍ਰਿਤ ਕੇਂਦ੍ਰਿਤ ਵਿਧੀ ਹੈ ਇਹ ਅਧਿਆਪਕ ਵਿਧੀ ਇੱਕ ਤਰਫਾ ਸੰਚਾਰ ਹੈ ਜਿਸ ਵਿੱਚ ਵਿਦਿਆਰਥੀਆਂ ਵੱਲੋਂ ਭਾਸ਼ਣ ਸੁਣਨ ਅਤੇ ਲੋੜਿੰਦੀਆਂ ਗੱਲਾਂ ਸਿੱਖ ਲੈਣ ਦੀ ਉਮੀਦ ਕੀਤੀ ਜਾਂਦੀ ਹੈ। ਇੱਥੇ ਜਿਹੜਾ ਅਧਿਆਪਕ ਇੱਕ ਪ੍ਰਾਇਮਰੀ ਗਿਆਨ ਸਰੋਤ ਵਜੋਂ ਕੰਮ ਕਰਦਾ ਹੈ। ਇਹ ਸਭ ਤੋਂ ਜਿਹੜੀ ਕਹਿ ਸਕਦੇ ਕਿ ਸਭ ਤੋਂ ਹੀ ਜਿਹੜੀ ਪੁਰਾਣੀ ਵਿਧੀ ਹੈ। ਇਹਦੇ ਵਿੱਚ ਵੱਡੇ ਵਿਦਿਆਰਥੀਆਂ ਨੂੰ ਜਦੋਂ ਪੜਾਇਆ ਜਾਂਦਾ ਤਾਂ ਉਦੋਂ ਇਸ ਵਿਧੀ ਦਾ ਪ੍ਰਯੋਗ ਕਰ ਲਿਆ ਜਾਂਦਾ ਜਿਵੇਂ ਵੱਡੇ ਜੋ ਵਿਦਿਆਰਥੀ ਹੁੰਦੇ ਜੋ ਕਾਲਜ ਦੇ ਵਿੱਚ ਨੇ ਤਾਂ ਉਹਨਾਂ ਨੂੰ ਕੀ ਕਰਦੇ ਆ ਟੀਚਰ ਕਲਾਸ ਦੇ ਵਿੱਚ ਉਹਨਾਂ ਨੂੰ ਲੈਕਚਰ ਮੈਥਡ ਦੇ ਨਾਲ ਹੀ ਜ਼ਿਆਦਾਤਰ ਪੜ੍ਹਾਉਂਦੇ ਨੇ ਉਹਦੇ ਵਿੱਚ ਜਿਹੜਾ ਅਧਿਆਪਕ ਇਹ ਉਹ ਕਲਾਸ ਦੇ ਵਿੱਚ ਜਾ ਕੇ ਆਪਣੇ ਜਿਹੜਾ ਟੌਪਿਕ ਉਹਨੂੰ ਕਵਰ ਕਰਵਾਉਣ ਲੱਗ ਜਾਂਦਾ ਹੈ ਬੱਚਿਆਂ ਨੂੰ ਆ ਪਾਸ਼ਨ ਦੇਣ ਇੱਕ ਪਾਡਾ ਪਾਸ਼ਨ ਦੇਣ ਲੱਗ ਜਾਂਦਾ ਹੈ ਕਾ ਉਸ ਟੋਪਿਕ ਨਾਲ ਸੰਬੰਧਤ ਜਾਣਕਾਰੀ ਦੇਣ ਲੱਗ ਜਾਂਦਾ ਤੇ ਬੱਚੇ ਉਹਨੂੰ ਚੁੱਪਚਾਪ ਜਿਹੜਾ ਉਹਨੂੰ ਸੁਣਦੇ ਰਹਿੰਦੇ ਨੇ ਜੇਕਰ ਕੋਈ ਪ੍ਰੋਬਲਮਸ ਹੁੰਦੀ ਹੈ ਤਾਂ ਉਹਨਾਂ ਪ੍ਰੋਬਲਮਸ ਨੂੰ ਜਿਹੜਾ ਟੀਚਰ ਹੈ ਉਹ ਵੀ ਲੈਕਚਰ ਮੈਥਡ ਦੇ ਰਾਹੀਂ ਹੱਲ ਕਰ ਦਿੰਦਾ ਹੈ ਭਾਸ਼ਣ ਵਿਧੀ ਕੇਂਦ੍ਰਿਤ ਵਿਧੀ ਹੈ ਇਹ ਇੱਕ ਤਰਫਾ ਸੰਚਾਰ ਇੱਕ ਤਰਫਾ ਸੰਚਾਰ ਹੈ ਮਤਲਬ ਅਧਿਆਪਕ ਦੁਆਰਾ ਹੀ ਜਿ ਸਿਰਫ ਜਿਹੜਾ ਕਲਾਸ ਦੇ ਵਿੱਚ ਬੋਲਿਆ ਜਾਂਦਾ ਹੈ ਤੇ ਵਿਦਿਆਰਥੀ ਉਸ ਭਾਸ਼ਣ ਨੂੰ ਸੁਣਦੇ ਨੇ ਤੇ ਸਿੱਖਿਆ ਹਾਸਲ ਕਰਦੇ ਨੇ ਨੈਕਸਟ ਆ ਜਾਂਦੀ ਜੀ ਡੈਫੀਨੇਸ਼ਨ ਲੈਕਚਰ ਮੈਥਡ ਦੀ ਜਾ ਪਾਸ਼ਨ ਵਿਧੀ ਦੀ ਜੇਮਸ ਐਲ ਲੀ ਅਨਸਾਰ ਪਾਸ਼ਨ ਵਿਧੀ ਇੱਕ ਅਜੇ ਹੀ ਅਧਿਆਪਨ ਵਿਧੀ ਹੈ ਜਿੱਥੇ ਅਧਿਆਪਕ ਕਿਸੇ ਉਪ ਵਿਸ਼ੇ ਜਾਂ ਸਮੱਸਿਆ ਬਾਰੇ ਰਸਮੀ ਤੌਰ ਤੇ ਜੋ ਨਾ ਬੰਨ ਤਰੀਕੇ ਨਾਲ ਵਿਦਿਆਰਥੀ ਨੂੰ ਸਬੋਧਤ ਕਰਦਾ ਹੈ ਜਿੰਦੇ ਵਿੱਚ ਅਧਿਆਪਕ ਹੈ ਕਿਸੇ ਵੀ ਟਾਪਿਕ ਨੂੰ ਚੁਣ ਲੈਂਦਾ ਹੈ ਤੇ ਉਹਨੂੰ ਜਿਹੜਾ ਹੈ ਇੱਕ ਜੋੜਨਾਬੰਦ ਤਰੀਕੇ ਦੇ ਨਾਲ ਪਹਿਲਾਂ ਉਹਨੂੰ ਦੇਖੋ ਦੇ ਖੁਦ ਸਟੱਡੀ ਕਰਦਾ ਹੈ ਉਸ ਤੋਂ ਬਾਅਦ ਉਹ ਵਿਦਿਆਰਥੀ ਨੂੰ ਸੰਬੋਧਨ ਕਰਦਾ ਮਤਲਬ ਕਿ ਵਿਦਿਆਰਥੀ ਨੂੰ ਦੇ ਸਾਹਮਣੇ ਆਪਣਾ ਜਿਹੜਾ ਭਾਸ਼ਣ ਹੈ ਉਹਨੂੰ ਪੇਸ਼ ਕਰਦਾ ਹੈ ਠੀਕ ਹੈ ਉਹਨਾਂ ਦਾ ਜਿਹੜਾ ਜਿਹੜਾ ਸੰਬੋਧਨ ਕਰਦਾ ਹੈ मीनिंग ਆਫ ਐਕਸਪਲੇਨੇਸ਼ਨ ਕੀ ਹੈ ਉਹ ਵਿਆਖਿਆ ਇੱਕ ਬૌਧਿਕ ਕਿਰਿਆ ਹੈ ਇਸ ਦੀ ਵਰਤੋਂ ਅਧਿਆਪਕਾ ਵਿਦਿਆਰਥੀ ਨੂੰ ਪੜ੍ਹਾਉਣ ਦੇ ਲਈ ਕਰਦਾ ਹੈ ਇਸ ਵਿੱਚ ਅਧਿਆਪਕ ਬਿਆਨ ਸੰਚਾਰ ਸਾਧਨਾਂ ਦੇ ਮਾਧਮ ਨਾਲ ਆਪਣੀ ਗੱਲ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਂਦਾ ਹੈ ਵਿਆਖਿਆ ਦੌਰਾਨ ਅਧਿਆਪਕਕਾਰ ਦਾ ਅਤੇ ਅਤੇ ਪ੍ਰਭਾਵ ਸਬੰਧ ਦਾ ਪੂਰਵਾਵੇਰਵਾ ਵਿਦਿਆਰਥੀ ਨੂੰ ਦਿੰਦਾ ਐਕਸਪਲੇਨੇਸ਼ਨ ਕੀ ਹੈ ਜਦੋਂ ਵੀ ਕੋਈ ਟਾਪਿਕ ਆਉਂਦਾ ਤਾਂ ਪੂਰੀ ਤਰੀਕੇ ਨਾਲ ਡਿਟੇਲ ਦੇ ਵਿੱਚ ਜਿਹੜਾ ਬੱਚੇ ਨੂੰ ਜਿਹੜਾ ਸਮਝਾਇਆ ਜਾਂਦਾ ਤੇ ਇਹ ਜਿਹੜਾ ਟੀਚਰ ਸਮਝਾਉਂਦਾ ਇਹ ਵੀ ਇੱਕ ਜਿਹੜਾ ਲੈਕਚਰ ਮੈਥਡ ਦੇ ਰਾਹੀਂ ਹੀ ਸਮਝਾਉਂਦਾ ਹੈ ਜਦੋਂ ਵੀ ਭਾਸ਼ਣ ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਜਾਂ ਕਲਾਸ ਦੇ ਵਿੱਚ ਜਿਹੜਾ ਭਾਸ਼ਣ ਬੋਲ ਕੇ ਬੱਚੇ ਨੂੰ ਪੜਾਇਆ ਜਾਂਦਾ ਤਾਂ ਉਹਦੇ ਵਿੱਚ ਕੀ ਹੈ ਜਦੋਂ ਵੀ ਕਿਸੇ ਟੌਪਿਕ ਤੇ ਪੂਰੀ ਡਿਟੇਲ ਦੇ ਵਿੱਚ ਪੂਰੀ ਜਾਣਕਾਰੀ ਦੇ ਨਾਲ ਬੱਚੇ ਨੂੰ ਪੜਾਇਆ ਜਾਂਦਾ ਤਾਂ ਉਹਨੂੰ ਆਪਾਂ ਕੀ ਕਹਿ ਸਕਦੇ ਹਾਂ ਵਿਆਖਿਆ ਕੀਤੀ ਗਈ ਹੈ ਇਸ ਟੌਪਿਕ ਦੀ ਐਕਸਪਲੇਨੇਸ਼ਨ ਹੋ ਗਿਆ ਉਹ ਇਹਦੇ ਵਿੱਚ ਵੀ ਜਿਹੜਾ ਅਧਿਆਪਕ ਹੈ ਉਹ ਬੋਲ ਕੇ ਜਾਂ ਜਿਹੜੇ ਸੰਚਾਰ ਸਾਧਨ ਨੇ ਉਹਨਾਂ ਦੀ ਮਦਦ ਨਾਲ ਜਿਹੜੀ ਸਿੱਖਿਆ ਹੈ ਉਹ ਵਿਦਿਆਰਥੀ ਤੱਕ ਪਹੁੰਚਾਉਂਦਾ ਹੈ ਇਦੇ ਵਿੱਚ ਜਿਹੜਾ ਪੂਰਵਾਵੇ ਪੂਰਾ ਵੇਰਵਾ ਹੈ ਨਾ ਜਿਹੜੀ ਪੂਰਾ ਉਸ ਵਿਸ਼ੇ ਨਾਲ ਸੰਬੰਧ ਜਾਣਕਾਰੀ ਵਿਦਿਆਰਥੀ ਨੂੰ ਦਿੱਤੀ ਜਾਂਦੀ ਏਕ ਪ੍ਰਕਾਰ ਦੀ ਜਿਹੜੀ ਬੌਧਿਕ ਕਿਰਿਆ ਹੈ ਨੈਕਸਟ ਆਗੀ ਐਕਸਪਲੇਨੇਸ਼ਨ ਦੀ ਡੈਫੀਨੇਸ਼ਨ ਸ਼ੀਰੀ ਸੌਰੀ ਸੀ ਵੀ ਗੁੱਡ ਅਨਸਾਰ ਵਿਆਖਿਆ ਵਿਧੀ ਇੱਕ ਜਹੀ ਵਿਧੀ ਹੈ ਜਿਸ ਵਿੱਚ ਅਧਿਆਪਕ ਵਿਦਿਆਰਥੀ ਦੇ ਬੌਧਿਕ ਪੱਧਰ ਦੇ ਅਨੁਸਾਰ ਸੰਚਾਰ ਦੇ ਰਾਹੀਂ ਸਿੱਖਿਆ ਦਿੰਦਾ ਹੈ ਵਿਆਖਿਆ ਵਿਧੀ ਇਹ ਕਹੇ ਹੀ ਵਿਧੀ ਹੈ ਜਿਸ ਵਿੱਚ ਜਿਹੜਾ ਅਧਿਆਪਕ ਹੈ ਉਹ ਵਿਦਿਆਰਥੀ ਦੇ ਭੌਤਿਕ ਪੱਧਰ ਕੀ ਵਿਦਿਆਰਥੀ ਕਿੰਨਾ ਕੁ ਸਮਝ ਸਕਦਾ ਹੈ ਠੀਕ ਹੈ ਜਾਂ ਉਹ ਕਿੰਨੀ ਕੁ ਜਾਣਕਾਰੀ ਹਾਸਲ ਜਿਹੜੀ ਕਰ ਸਕਦਾ ਉਹਦੇ ਅਨੁਸਾਰ ਹੀ ਜਿਹੜਾ ਇੱਕ ਅਧਿਆਪਕ ਹੈ ਉਹ ਬੱਚੇ ਨੂੰ ਜਿਹੜਾ ਸੰਚਾਰ ਦੇ ਨਾਲ ਹੀ ਜਿਹੜੀ ਸਿੱਖਿਆ ਬੋਲ ਕੇ ਜਾਂ ਸਿੱਖਿਆ ਦਿੰਦਾ ਹੈ ਬੋਲ ਕੇ ਜਿਹੜੀ ਸਿੱਖਿਆ ਦਿੰਦਾ ਹੈ ਇਹਨੂੰ ਆਪਾਂ ਕਹਿ ਸਕਦੇ ਹਾਂ ਵਿਆਖਿਆ ਜੇਕਰ ਛੋਟੇ ਬੱਚੇ ਨੇ ਉਹਨੂੰ ਕਲਾਸ ਦੇ ਵਿੱਚ ਜਾ ਕੇ ਜਿਹੜਾ ਅਧਿਆਪਕ ਹੈ ਉਹ ਅਜੀਆਂ ਗੱਲਾਂ ਗੱਲਾਂ ਬੱਚ ਕਲਾਸ ਦੇ ਵਿੱਚ ਜਾ ਕੇ ਕਰੀਆ ਬਗੀ ਜਿਹੜੀ ਕਿ ਬੱਚੇ ਨੂੰ ਸਮਝ ਹੀ ਨਾ ਲੱਗੇ ਤਾਂ ਕੀ ਜੇਕਰ ਛੋਟੇ ਬੱਚੇ ਨੇ ਤਾਂ ਉਹਨਾਂ ਦੇ ਉਹਨਾਂ ਦਾ ਭੌਤਿਕ ਪੱਧਰ ਕਿਸ ਤਰ੍ਹਾਂ ਦਾ ਉਹ ਕਿੰਨੀ ਕੋਈ ਜਾਣਕਾਰੀ ਉਹ ਸਮਝ ਸਕਦੇ ਨਹੀਂ ਹਨ ਉਸ ਲੈਵਲ ਤੇ ਜਾਣਕਾਰੀ ਬੱਚੇ ਨੂੰ ਪਹਿਲਾ ਬੇਸਿਕ ਬੇਸਿਕ ਜਿਹੜੀਆਂ ਗੱਲਾਂ ਨੇ ਉਹ ਦੱਸੀਆਂ ਜਾਂਦੀਆਂ ਨੇ ਤਾਂ ਉਹ ਅਧਿਆਪਕ ਤੇ ਡਿਪੈਂਡ ਕਰਦਾ ਹੈ ਉਹ ਉਹਨੂੰ ਕਿੰਨੀ ਕੋ ਨੋਲਿਜ ਹੈ ਬੱਚੇ ਨੂੰ ਕਰਵਾਉਣ ਦੇ ਵਿੱਚ ਛੋਟੇ ਬੱਚੇ ਨੇ ਉਹਨਾਂ ਨੂੰ ਸਿਰਫ ਪਹਿਲਾ ਬੇਸਿਕ ਬੇਸਿਕ ਗੱਲਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਉਹਨਾਂ ਨੂੰ ਹਾਈ ਲੈਵਲ ਦੀਆਂ ਗੱਲਾਂ ਨਹੀਂ ਦੱਸੀਆਂ ਜਾਂ ਉਹਨਾਂ ਨੂੰ ਇੰਟਰਨੈਸ਼ਨਲ ਗੱਲਾਂ ਨਹੀਂ ਦੱਸਣੀਆਂ ਚਾਹੀਦੀਆਂ ਉਹਨਾਂ ਨੂੰ ਪਹਿਲਾ ਆਲੇ-ਦੁਆਲੇ ਵਾਲੀਆਂ ਜਿਹੜੀਆਂ ਗੱਲਾਂ ਉਹਨਾਂ ਦੇ ਨਾਲ ਹੀ ਜਾਣਕਾਰੀ ਉਹਨਾਂ ਨੂੰ ਰੂਬਰੂ ਕਰਵਾਇਆ ਜਾਣਾ ਚਾਹੀਦਾ ਹੈ ਜੇਕਰ ਵੱਡੇ ਬੱਚੇ ਨੇ ਤਾਂ ਉਹਨਾਂ ਨੂੰ ਜ਼ਿਆਦਾ ਜਿਹੜੀ ਆਪਾਂ ਜਾਣਕਾਰੀ ਦੇ ਸਕਦੇ ਹਾਂ ਕੀ ਕਰਦੇ ਆ ਵਿਆਖਿਆ ਵਿਧੀ ਦੇ ਵਿੱਚ ਇੱਕ ਅਜਿਹੀ ਵਿਧੀ ਹੈ ਜਿਸ ਵਿੱਚ ਦੇ ਆਪਕ ਵਿਦਿਆਰਥੀ ਦੇ ਭੌਤਿਕ ਪੱਧਰ ਦੇ ਅਨੁਸਾਰ ਸੰਚਾਰ ਦੇ ਰੰਗ ਸਿੱਖਿਆ ਦਿੰਦੀ ਹੈ ਕੁੱਸੋ ਗਿਆ ਵਿਆਖਿਆ ਅਤੇ ਲੈਕਚਰ ਵਿਧੀ ਵਿੱਚ ਜੇਕਰ ਸਮਾਨਤਾਵਾਂ ਦੀ ਗੱਲ ਕਰੀ ਤਾਂ ਇਸ ਵਿੱਚ ਬਹੁਤ ਸਮਾਨਤਾਵਾਂ ਹਨ ਤੇ ਹੁਣ ਇਹਦੇ ਵਿੱਚ ਆਪਾਂ ਸਮਾਨਤਾਵਾਂ ਕਰਾਂਗੇ ਦੋਹਾਂ ਵਿਧੀਆਂ ਦੇ ਨਾਲ ਸਪਸ਼ਟੀਕਰਨ ਹੁੰਦਾ ਹੈ ਵਿਦਿਆਰਥੀ ਦੀਆਂ ਸਮੱਸਿਆ ਨੂੰ ਲੈਕਚਰਾਂ ਹੀ ਹੱਲ ਕੀਤਾ ਜਾ ਸਕਦਾ ਹੈ ਤੇ ਵਿਆਖਿਆ ਦੇ ਰਾਹੀਂ ਵੀ ਸਮੱਸਿਆਵਾਂ ਹੱਲ ਕੀਤੀਆਂ ਜਾ ਸਕਦੀਆਂ ਹਨ ਦੋਨਾਂ ਦੇ ਰਾਹੀਂ ਜਿਹੜਾ ਹੈ ਸਪਸ਼ਟੀਕਰਨ ਹੁੰਦਾ ਸਮੱਸਿਆਵਾਂ ਦੋਨਾਂ ਦੇ ਰਾਹੀਂ ਹੱਲ ਕੀਤੀਆਂ ਜਾ ਸਕਦੀਆਂ ਹਨ ਨੈਕਸਟ ਆ ਪੁਆਇੰਟ ਇਹਨਾਂ ਦੋਹਾਂ ਵਿਧੀਆਂ ਦੇ ਨਾਲ ਵਿਦਿਆਰਥੀ ਟੌਪਿਕ ਨੂੰ ਚੰਗੀ ਤਰ੍ਹਾਂ ਸਮਝ ਲੈਂਦੇ ਹਨ ਇਹ ਦੋਨੋਂ ਵਿਧੀਆਂ ਵਿਦਿਆਰਥੀ ਨੂੰ ਚੰਗੀ ਤਰ੍ਹਾਂ ਜਾਣਕਾਰੀ ਪ੍ਰਦਾਨ ਕਰਨ ਵਿੱਚ ਸਹਾਇਕ ਹਨ ਵਿਦਿਆਰਥੀ ਗਲਤ ਅਰਥਨ ਕੱਢਣ ਤੋਂ ਬਚ ਜਾਂਦਾ ਹੈ ਜਿਹੜੇ ਟੌਪਿਕ ਹੈ ਬੱਚੇ ਨੂੰ ਪੂਰੀ ਤਰ੍ਹਾਂ ਦੇ ਨਾਲ ਸਮਝ ਲੱਗ ਜਾਂਦੇ ਨੇ ਕਿਉਂਕਿ ਜਿਹੜੀਆਂ ਵੀ ਪ੍ਰੋਬਲਮਸ ਹੁੰਦੀਆਂ ਨੇ ਬੱਚਿਆਂ ਦੀਆਂ ਉਹਨਾਂ ਨੂੰ ਹੀ ਟੀਚਰ ਉਸੇ ਟਾਈਮ ਹੀ ਜਿਹੜਾ ਸੋਲਵ ਕਰ ਦਿੰਦਾ ਹੈ ਆ ਪਾਸ਼ਣ ਵਿਧੀ ਦੇ ਨਾਲ ਹੀ ਵਿਆਖਿਆ ਦੇ ਰਾਹੀਂ ਤੇ ਇਹਦੇ ਵਿੱਚ ਵਿਦਿਆਰਥੀ ਜਿਹੜੇ ਕਿਸੇ ਵੀ ਗਲਤ ਜਿਹੜੀ ਧਾਰਨਾ ਨੂੰ ਆਪਣੇ ਜਿਹੜੇ ਦਿਮਾਗ ਦੇ ਵਿੱਚ ਨਹੀਂ ਲਿਆ मतलब ਕੀ ਉਹਨਾਂ ਨੂੰ ਸਹੀ ਜਾਣਕਾਰੀ ਮਿਲ ਜਾਂਦੀ ਹੈ ਤੇ ਜਿਹੜੇ ਗਲਤ ਅਰਥ ਹੈ ਉਹਨਾਂ ਦੇ ਦਿਮਾਗ ਦੇ ਵਿੱਚ ਨਹੀਂ ਮਰ ਕਿ ਉਹ ਸਿੱਖਿਆ ਅਸਲ ਨਹੀਂ ਕਰਦੇ ਉਹਨਾਂ ਨੂੰ ਜਿਹੜੀ ਸਹੀ ਸਿੱਖਿਆ ਮਿਲ ਜਾਂਦੀ ਹੈ ਗਲਤ ਸਿੱਖਿਆ ਨਹੀਂ ਮਿਲਦੀ ਬਾਧੂ ਸਮਗਰੀ ਇਹ ਦੋਵੇਂ ਵਿਧੀਆਂ ਵਿਦਿਆਰਥੀ ਨੂੰ ਬਾਧੂ ਸਮਗਰੀ ਪ੍ਰਦਾਨ ਕਰ ਲੈਂਦੀਆਂ ਹਨ ਕਿਉਂਕਿ ਬੁੱਕਸ ਦੇ ਵਿੱਚ ਸਮਗਰੀ ਦੀ ਕਈ ਟਾਪਿਕ ਤੋਂ ਕਾਫੀ ਘੱਟ ਜਾਣਕਾਰੀ ਹੁੰਦੀ ਹੈ ਅਧਿਆਪਕ ਆਪਣੇ ਵਿਚਾਰਾਂ ਦੇ ਨਾਲ ਵਿਦਿਆਰਥੀ ਨੂੰ ਵਾਧੂ ਸਮਗਰੀ ਪ੍ਰਦਾਨ ਕਰਦੇ ਹਨ ਇਹਦੇ ਵਿੱਚ ਕੀ ਹੈ ਵਾਧੂ ਸਮਗਰੀ ਬੱਚੇ ਨੂੰ ਮਿਲ ਜਾਂਦੀ ਹੈ ਕਵਰੀ ਜੋ ਕਾਲਜ ਲੈਵਲ ਦੇ ਸਟੂਡੈਂਟਸ ਹੁੰਦੇ ਨੇ ਜਾਂ ਬੱਚੇ ਸਕੂਲ ਦੇ ਬੱਚੇ ਨੇ ਪਲੱਸ 1 2 ਦੇ ਵਿੱਚ ਹੋ ਜਾਂਦੇ ਨੇ ਜੇ ਕਿੰਨੀ ਜਾਣਕਾਰੀ ਥੋੜੀ ਹੁੰਦੀ ਹੈ ਜ ਜ ਥੋੜੀ ਜ ਟਫ ਤਰੀਕੇ ਦੇ ਨਾਲ ਜਿਹੜੀ ਜਾਣਕਾਰੀ ਉਹ ਦਿੱਤੀ ਹੁੰਦੀ ਹੈ ਤੇ ਬੱਚੇ ਨੂੰ ਸਮਝ ਨਹੀਂ ਲੱਗਦੀ ਤੁਹਾਡੀ ਆਪਾ ਕੀ ਹੈ ਅਧਿਆਪਕ ਕੋ ਸੌਖੇ ਤਰੀਕੇ ਦੇ ਨਾਲ ਜਾਣਕਾਰੀ ਜਿਹੜੀ ਬੱਚੇ ਨੂੰ ਦੇ ਸਕਦਾ ਤੇ ਬਾਦੂ ਸਮਗਰੀ ਬੱਚੇ ਨੂੰ ਜਿਹੜੀ ਪ੍ਰੋਵਾਈਡ ਹੈ ਉਹ ਕਰਵਾ ਸਕਦਾ ਹੈ ਟਾਪਿਕ ਜਲਦੀ ਕਵਰ ਹੋ ਜਾਂਦੇ ਨੇ ਇਹਨਾਂ ਦੋਹਾ ਮੈਥਡ ਦੇ ਨਾਲ ਕਲਾਸ ਦੇ ਵਿੱਚ ਟਾਪਿਕ ਜਲਦੀ ਜਿਹੜੇ ਕਵਰ ਹੋ ਜਾਂਦੇ ਨੇ ਸਿਲੇਬਸ ਬਹੁਤ ਜ਼ਿਆਦਾ ਹੋਣ ਕਰਕੇ ਵੀ ਇਹ ਮੈਥਡ ਸਿਲੇਬਸ ਪੂਰਾ ਕਰਨ ਦੇ ਵਿੱਚ ਵੀ ਸਹਾਇਕ ਹੈ ਕੁਇਸੀ ਵੀ ਕਲਾਸ ਦੇ ਵਿੱਚ ਆਪਾਂ ਅਡਮਿਸ਼ਨ ਲੈਂਦੇ ਤਾਂ ਉੱਥੇ ਇੱਕ ਸਿਲੇਬਸ ਹੁੰਦਾ ਉਹ ਸਿਲੇਬਸ ਨੂੰ ਜਿਹੜਾ ਕੰਪਲੀਟ ਜਿਹੜਾ ਅਧਿਆਪਕ ਦੇ ਦੁਆਰਾ ਕਰਵਾਉਣਾ ਪੈਂਦਾ ਜੇਕਰ ਅਧਿਆਪਕ ਜਲਦੀ ਕੰਪਲੀਟ ਨਹੀਂ ਕਰਵਾਵੇਗਾ ਸਿਲੇਬਸ ਤਾਂ ਫਿਰ ਤੁਹਾਡੇ ਐਗਜ਼ਾਮ ਆ ਜਾਣਗੇ ਤੇ ਫਿਰ ਤੁਸੀਂ ਆਖੋਗੇ ਸਾਨੂੰ ਇਹ ਕਰਵਾਇਆ ਨਹੀਂ ਗਿਆਗਾ ਕਲਾਸ ਦੇ ਵਿੱਚ ਤਾਂ ਅਧਿਆਪਕ ਦੇ ਲਈ ਵੀ ਇਹ ਜਿਹੜੇ ਆ ਬੈਨੀਫਿਟ ਹੈ ਇਹ ਦੋਨੋਂ ਵੀਰੀਆਂ ਕਿਉਂਕਿ ਇਹਦੇ ਨਾਲ ਜਿਹੜਾ ਸਿਲੇਬਸ ਹੈ ਉਹ ਜਲਦੀ ਕਲਾਸ ਦੇ ਵਿੱਚ ਕਰਵਾ ਦਿੱਤਾ ਜਾਂਦਾ ਹੈ ਉਹਨੂੰ ਜਿਹੜਾ ਜ਼ਿਆਦਾ ਜਿਹੜਾ ਟਾਈਮ ਆ ਉਹਨੂੰ ਨਹੀਂ ਲੱਗਦਾ ਵਿਦਿਆਰਥੀ ਆਪਣੇ ਡਾਊਟ ਕਲੀਅਰ ਕਰ ਸਕਦਾ ਹੈ ਜਦੋਂ ਟੀਚਰ ਕਲਾਸ ਵਿੱਚ ਪੜ੍ਹਾਉਂਦਾ ਹੈ ਤਾਂ ਜਦੋਂ ਵਿਦਿਆਰਥੀ ਨੂੰ ਕੁਝ ਸਮਝ ਨਹੀਂ ਲੱਗਦੀ ਤਾਂ ਉਹ ਦੁਬਾਰਾ ਅਧਿਆਪਕ ਤੋਂ ਉਸ ਟਾਈਮ ਹੀ ਪੁੱਛ ਲੈਂਦਾ ਜਿਸ ਨਾਲ ਵਿਦਿਆਰਥੀ ਨੂੰ ਕਾਫੀ ਜਾਣਕਾਰੀ ਮਿਲ ਜਾਂਦੀ ਹੈ ਇਹਦੇ ਵਿੱਚ ਜਿਹੜੀਆਂ ਵਿਦਿਆਰਥੀਆਂ ਦੀਆਂ ਪ੍ਰੋਬਲਮਸ ਹੁੰਦੀਆਂ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਨੇ ਉਹ ਸਿਚੂਏਸ਼ਨ ਨੂੰ ਲੈ ਕੇ ਉਹ ਉਸੇ ਟਾਈਮ ਹੀ ਜਿਹੜਾ ਅਧਿਆਪਕ ਨੂੰ ਜਦ ਕਿ ਉਹ ਪੜ੍ਹਾ ਰਿਹਾ ਹੁੰਦਾ ਹੈ ਜਾਂ ਪ੍ਰੋਫੋਰੰਟੋ ਬਹਾਦਰ ਟੀਚਰ ਪੁੱਛਦਾ ਕਿ ਜੇ ਕਿਸੇ ਨੂੰ ਨਹੀਂ ਸਮਝ ਲੱਗੀ ਤਾਂ ਉਹ ਬੱਚੇ ਜਿਹੜੇ ਪੁੱਛ ਸਕਦੇ ਨਹੀਂ ਮੇਰੇ ਕੋਲ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈ ਇਸ ਟੌਪਿਕ ਤੇ ਲੈ ਕੇ ਤਾਂ ਉਹਦੋਂ ਜਿਹੜੀਆਂ ਸਮੱਸਿਆਵਾਂ ਵੀ ਟੀਚਰ ਦੇ ਦੁਆਰਾ ਬੱਚੇ ਦੀਆਂ ਜਿਹੜੀਆਂ ਹੱਲ ਕਰ ਦਿੱਤੀਆਂ ਜਾਂਦੀਆਂ ਹਨ ਨੈਕਸਟ ਹੈ ਸੁਣਨ ਦਾ ਹੁਨਰ ਵਿਕਸਤ ਹੁੰਦਾ ਹੈ ਇਹਨਾਂ ਵਿਧੀਆਂ ਦੇ ਰਾਹੀਂ ਵਿਦਿਆਰਥੀ ਅੰਦਰ ਸੁਣਨ ਦਾ ਹੁਨਰ ਪੈਦਾ ਹੁੰਦਾ ਹੈ ਸੁੰਦਾ ਹੁਣ ਤਾਂ ਆਪਣੇ ਆਪ ਹੀ ਪੈਦਾ ਹੋ ਜਾਵੇਗਾ ਜਦੋਂ ਕੋਈ ਬੋਲ ਰਿਹਾ ਆ ਆਪਾਂ ਉਹਨੂੰ ਸੁਣ ਰਹੇ ਆ ਤਾਂ ਆਪਣੇ ਵਿੱਚ ਜਿਹੜਾ ਸੁੰਦਾ ਹੋਣਰ ਪੈਦਾ ਹੋ ਜਾਵੇਗਾ ਜਿਵੇਂ ਰੋਜ਼-ਰੋਜ਼ ਜੀ ਆਪਾਂ ਨੂੰ ਆਪਾਂ ਨੂੰ ਕਲਾਸ ਦੇ ਵਿੱਚ ਟੀਚਰ ਪੜਾ ਰਿਹਾ ਹੈ ਤੇ ਆਪਾਂ ਉਹਨੂੰ ਸੁਣਾਦੇ ਆ ਆਪਣਾ ਟਾਪਿਕ ਆਪਣੇ ਲਈ ਸਿਲੇਬਸ ਆਪਣਾ ਲਈ ਪੂਰਾ ਹੋ ਰਿਹਾ ਹੈ ਟਾਪਿਕ ਆਪਾਂ ਟੀਚਰ ਆਪਾਂ ਕਵਰ ਕਰਵਾਇਆ ਤਾਂ ਆਪਾਂ ਕੀ ਉਹਨੂੰ ਜਿਹੜਾ ਸੁਣਦੇ ਆ ਹਨ ਫਿਰ ਹੀ ਆਪਣੇ ਤੱਕ ਜਿਹੜੀ ਸਿੱਖਿਆ ਜਾਂ ਜਾਣਕਾਰੀ ਆਪਣੇ ਤੱਕ ਪਹੁੰਚਦੀ ਹੈ ਆਪਣੇ ਦਿਮਾਗ ਤੱਕ ਜੇਕਰ ਆਪਾਂ ਕਲਾਸ ਦੇ ਵਿੱਚ ਟੀਚਰ ਦੀ ਜਿਹੜੀ ਗੱਲ ਹੀ ਨਹੀਂ ਸੁਨਾਂਗੇ ਉਹ ਕੀ ਕਰਵਾ ਰਿਹਾ ਕਲਾਸ ਦੇ ਵਿੱਚ ਤਾਂ ਫਿਰ ਆਪਣੇ ਵਿੱਚ ਸੁਣਦਾ ਹੁਨਰ ਨਹੀਂ ਪੈਦਾ ਹੋ ਸਕਦਾ ਜਦ ਆਪਾਂ ਟੀਚਰ ਨੂੰ ਧਿਆਨ ਦੇ ਨਾਲ ਸੁਣਦੇ ਆ ਆਪਾਂ ਪੂਰੇ ਤਰੀਕੇ ਨਾਲ ਟੀਚਰ ਜੋ ਬੋਲ ਰਿਹਾ ਉਹਨੂੰ ਆਪਾਂ ਸੇਕ ਰਿਆ ਠੀਕ ਹੈ ਤਾਂ ਉਹਦੇ ਨਾਲ ਵਿਦਿਆਰਥੀ ਦੇ ਅੰਦਰ ਜਿਹੜਾ ਸੁਣਨ ਦਾ ਹੁਨਰ ਵਿਚਤ ਹੁੰਦਾ ਹੈ ਵੱਡੀ ਮਾਤਰਾ ਵਿੱਚ ਵਿਦਿਆਰਥੀ ਲਈ ਸਹਾਇਕ ਇਹ ਵਿਧੀ ਵੱਡੀ ਮਾਤਰਾ ਵਿੱਚ ਵਿਦਿਆਰਥੀ ਹੋਣ ਦੇ ਸੂਰਤ ਵਿੱਚ ਵੀ ਬੱਚਿਆਂ ਨੂੰ ਪੜ੍ਹਾ ਸਕਦੀਆਂ ਇਹ ਜਿਹੜੀਆਂ ਦੋਨੋਂ ਵਿਧੀਆਂ ਨੇ ਐਕਸਪਲੇਨੇਸ਼ਨ ਤੇ ਭਾਸ਼ਣ ਵਿਧੀ ਇਹ ਵੱਡੀ ਮਾਤਰਾ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਦਾ ਮਤਲਬ ਹੈ ਕਿ ਇੱਕ ਦੇ ਹੈ ਦੋ ਬੱਚਿਆਂ ਨੂੰ ਪੜ੍ਹਾਉਣਾ ਕਲਾਸੇ ਨੇ ਇੱਕ 10 ਜਾਂ 12 ਬੱਚੇ ਨੇ ਉਹਨਾਂ ਨੂੰ ਪੜ੍ਹਾਉਣਾ ਇੱਕ ਹੈ 200 ਤੋਂ 300 ਬੱਚਾ ਕਲਾਸ ਦੇ ਵਿੱਚ ਬੈਠਾ ਹੈ ਤਾਂ ਉਹਨੂੰ ਆਪਾਂ ਵੀ ਜਿਹੜਾ ਹੈ ਐਕਸਪਲੇਨੇਸ਼ਨ ਤੇ ਲੈਕਚਰ ਮੈਥਡ ਦੇ ਰਹੀ ਜਿਹੜਾ ਇੱਕ ਟੀਚਰ ਹੈ ਉਹ ਆਸਾਨੀ ਦੇ ਨਾਲ ਪੜਾ ਸਕਦਾ ਹੈ ਕਿ ਵੱਡੀ ਮਾਤਰਾ ਦੇ ਵਿੱਚ ਜਿਹੜੇ ਜੇਕਰ ਵਿਦਿਆਰਥੀ ਕਲਾਸ ਦੇ ਵਿੱਚ ਬੈਠੇ ਹੈ ਤਾਂ ਉਹਨਾਂ ਨੂੰ ਪੜਾਉਣ ਦੇ ਵਿੱਚ ਵੀ ਇਹ ਦੋਨੋਂ ਵਿਧੀਆਂ ਜਿਹੜੀਆਂ ਨੇ ਇਹ ਸਹਾਇਕ ਨੇ ਇਹ ਵਿਧੀਆਂ ਲਚਕਦਾਰ ਹਨ ਲਚਕਦਾਰ ਹਨ ਇਹ ਵਿਧੀਆਂ ਇਹ ਦੋਨੋਂ ਵਿਧੀਆਂ ਲਚਕਦਾਰ ਹਨ ਕਿਉਂਕਿ ਅਧਿਆਪਕ ਆਪਣੇ ਭਾਸ਼ਾ ਨੂੰ ਆਸਾਨੀ ਨਾਲ ਜਮਾ ਦੇ ਲੋੜ ਦੇ ਅਨੁਸਾਰ ਢਾਲ ਸਕਦਾ ਹੈ ਇੰਦੇ ਵਿੱਚ ਕੀ ਹੈ ਲਚਕਦਾਰ ਕੀ ਵੀ ਨਹੀਂ ਇੱਕ ਤਾਂ ਹੁੰਦਾ ਕਠੋਰ ਕਠੋਰ ਦਾ ਮਤਲਬ ਹੁੰਦਾ ਕਿ ਕੋਈ ਵੀ ਉਸ ਵਿਧੀ ਦੇ ਵਿੱਚ ਆਪਾਂ ਚੇਂਜ ਹੀ ਨਹੀਂ ਕਰ ਸਕਦੇ ਜੇਕਰ ਆਪਾਂ ਬੱਚੇ ਨੂੰ ਕੋਈ ਅ ਕੋਈ ਮਾਡਲ ਦਿਖਾ ਰਹੇ ਹਾਂ ਕੁਝ ਦਿਖਾ ਰਹੇ ਹਾਂ ਤੇ ਉਹ ਆਪਣੇ ਕੋਲ ਜੀ ਇੱਕ ਹੀ ਮਾਡਲ ਹੈ ਤੇ ਉਹਨੂੰ ਆਪਾਂ ਦਿਖਾ ਰਹੇ ਹਾਂ ਉਹੀ ਬੱਚੇ ਨੇ ਬਸ ਦੇਖਣਾ ਹੈ ਠੀਕ ਹੈ ਜੇ ਬੱਚੇ ਨੂੰ ਫਿਰ ਨਹੀਂ ਹੁੰਦੇ ਤੇ ਸਮਝ ਲੱਗ ਰਹੀ ਤਾਂ ਆਪਾਂ ਨੂੰ ਉਹਦੇ ਲਈ ਜਿਹੜਾ ਜਿਹੜਾ ਟਾਈਮ ਲੱਗੇਗਾ ਨਾ ਕਠੋਰ ਹੋ ਗਿਆ ਉਹ ਲਚਕਦਾਰ ਹੋ ਗਿਆ ਕਿ ਜਿੰਦੇ ਵਿੱਚ ਆਪਾਂ ਸਾਨੀ ਦੇ ਨਾਲ ਜਿਹੜਾ ਚੇਂਜ ਕਰ ਸਕਦੇ ਹਾਂ ਜੇਕਰ ਉਹ ਕੋ ਮਾਡਲ ਹੈ ਤਾਂ ਉਹਦੇ ਵਿੱਚ ਆਪਾਂ ਨੂੰ ਚੇਂਜ ਕਰਨ ਦੇ ਵਿੱਚ ਟਾਈਮ ਤਾਂ ਲੱਗੂਗਾ ਤਾਂ ਇਹ ਜਿਹੜੀਆਂ ਵਿਧੀਆਂ ਲਚਕਦਾਰ ਨੇ ਆਪਸਾਨੀ ਦੇ ਨਾਲ ਜਿਹੜਾ ਚੇਂਜ ਕਰ ਸਕਦੇ ਜੇ ਇੱਕ ਕਲਾਸ ਦੇ ਵਿੱਚ ਟੀਚਰ ਪੜ੍ਹਾ ਰਿਹਾ ਬੱਚੇ ਨੂੰ ਤਾਂ ਉਹ ਬੱਚੇ ਨੂੰ ਸਮਝ ਨਹੀਂ ਲੱਗ ਰਹੀ ਤਾਂ ਟੀਚਰ ਕਿਸੇ ਹੋਰ ਵੇ ਦੇ ਨਾਲ ਉਹਨੂੰ ਜਿਹੜਾ ਸਮਝਾਉਣਾ ਸਟਾਰਟ ਕਰ ਦੇਗਾ ਉਹ ਅਜਿਹੀ ਕੋਸ਼ਿਸ਼ ਕਰੇਗਾ ਕਿ ਬੱਚੇ ਨੂੰ ਸਮਝ ਲੱਗ ਜੇ ਹੁਣ ਇਹਨੂੰ ਮੈਂ ਕਿਹੜੀ ਐਗਜ਼ਾਮਪਲ ਦੇ ਕੇ ਜਿਹੜਾ ਸਮਝਾ ਸਕਦਾ ਮਤਲਬ ਕਿ ਆਪਣੇ ਭਾਸ਼ਣ ਦੇ ਵਿੱਚ ਉਹ ਚੇਂਜ ਕਰਕੇ ਵੀ ਬੱਚੇ ਨੂੰ ਜਿਹੜਾ ਸਮਝਾ ਸਕਦਾ ਐਕਸਪਲੇਨੇਸ਼ਨ ਦੇ ਵਿੱਚ ਵੀ ਉਹ ਜਿਹੜਾ ਚੇਂਜ ਕਰਕੇ ਜਿਹੜਾ ਸਮਝਾ ਸਕਦਾ ਤੇ ਇਹ ਵਿਧੀਆਂ ਲਚਕਦਾਰ ਨੇ ਨੈਕਸਟ ਹੈ ਵਿਦਿਆਰਥੀ ਵਧੀਆ ਪਰਿਵਕਤਾ ਇਹਨਾਂ ਵਿਧੀਆਂ ਦੀ ਮਦਦ ਦੇ ਨਾਲ ਵਿਦਿਆਰਥੀ ਵਧੀਆ ਪਰਿਵਕਤਾ ਬਣ ਸਕਦੇ ਹਨ ਜਦੋਂ ਵਿਦਿਆਰਥੀ ਅਧਿਆਪਕ ਨੂੰ ਸੁਣਦੇ ਹਨ ਤਾਂ ਉਹਨਾਂ ਵਿੱਚ ਵੀ ਬੋਲਣ ਦਾ ਹੁਨਰ ਪੈਦਾ ਹੁੰਦਾ ਹੈ ਇਹਦੇ ਨਾਲ ਜਿਹੜੇ ਵਿਦਿਆਰਥੀ ਨੇ ਉਹ ਵਧੀਆ ਇੱਕ ਪਰਿਵਕਤਾ ਮਤਲਬ ਕਿ ਵਧੀਆ ਬੋਲਣ ਵਾਲੇ ਜਦੋਂ ਟੀਚਰ ਨੂੰ ਬੋਲਦੇ ਹੋਏ ਸੁਣਦੇ ਨੇ ਤਾਂ ਉਹਨਾਂ ਦੇ ਵਿੱਚ ਵੀ ਆਪਣੀ ਜਿਹੜੀ ਜਾਣਕਾਰੀ ਨੂੰ ਜਿਹੜਾ ਏ ਦੂਸਰੇ ਸਾਹਮਣੇ ਰੱਖਣ ਦਾ ਜਿਹੜਾ ਹੁਨਰ ਜਿਹੜਾ ਪੈਦਾ ਹੁੰਦਾ ਹੈ ਉਹਦੇ ਵਿੱਚ ਉਹ ਇੱਕ ਵਧੀਆ ਪ੍ਰੇਪਕਤਾ ਉਹ ਵੀ ਬਣ ਸਕਦੀ ਜਦੋਂ ਟੀਚਰ ਨੂੰ ਬੋਲਦਾ ਦੇਖਦੇ ਆ ਤਾਂ ਕੋਸ਼ਿਸ਼ ਕਰਦੇ ਕਿ ਐਸੀ ਵੀ ਬੋਲੀਏ ਤਾਂ ਉਹ ਵੀ ਜਿਹੜੇ ਇੱਕ ਉਹਨਾਂ ਦੇ ਵਿੱਚ ਜਿਹੜਾ ਬੋਲਣ ਦਾ ਹੁਨਰ ਵੀ ਸੁਣਨ ਦੇ ਨਾਲ ਨਾਲ ਉਹਨਾਂ ਦੇ ਵਿੱਚ ਬੋਲਣ ਦਾ ਹੁਨਰ ਵੀ ਪੈਦਾ ਹੁੰਦਾ ਹੈ ਨੈਕਸਟ ਹੈ ਨਵੇਂ ਅਧਿਆਪਕਾਂ ਲਈ ਸਹਾਇਕ ਇਹ ਦੋਨੋਂ ਵੀ ਰੀਆਂ ਨਵੇਂ ਅਧਿਆਪਕਾਂ ਲਈ ਕਾਫੀ ਸਹਾਇਕ ਹਨ ਇਹ ਸਭ ਤੋਂ ਪੁਰਾਣੀਆਂ ਵਧੀਆਂ ਹਨ ਇਹ ਜਿਹੜੀਆਂ ਦੋਨੋਂ ਵੀ ਰੀਆਂ ਨੇ ਸਭ ਤੋਂ ਪੁਰਾਣੀਆਂ ਨੇ ਤਾਂ ਜਿਹੜੇ ਨਵੇਂ ਅਧਿਆਪਕ ਨੇ ਉਹਨਾਂ ਦੇ ਲਈ ਵੀ ਬਹੁਤ ਸਾਰਾ ਜਿਹੜੀਆਂ ਸਹਾਇਕ ਨੇ ਕਿਉਂਕਿ ਜਿਹੜੇ ਵੀ ਨਵੇਂ ਅਧਿਆਪਕ ਨੇ ਉਹ ਪਹਿਲਾਂ ਬੋਲਣ ਦੇ ਹੁਨਰ ਦੇ ਨਾਲ ਹੀ ਜਿਹੜਾ ਹੈ ਸਟਾਰਟ ਕਰਦੇ ਨੇ ਤਾਂ ਇਸ ਲਈ ਜਿਹੜੇ ਆ ਲੈਕਚਰ ਮੈਥਡ ਅਤੇ ਐਕਸਪਲੇਨੇਸ਼ਨ ਇਹ ਦੋਨੋਂ ਜਿਹੜੀਆਂ ਵਿਧੀਆਂ ਨੇਗੀ ਨਵੇਂ ਅਧਿਆਪਕਾਂ ਦੇ ਲਈ ਸਹਾਇਕ ਨੇ ਨੋਟਸ ਤਿਆਰ ਕਰਨ ਵਿੱਚ ਸਹਾਇਕ ਇਹ ਦੋਨੋਂ ਵਿਧੀਆਂ ਵਿਦਿਆਰਥੀ ਦੇ ਨੋਟਸ ਤਿਆਰ ਕਰਨ ਵਿੱਚ ਸਹਾਇਕ ਹਨ ਕਾਫੀ ਜਾਣਕਾਰੀ ਵਿਦਿਆਰਥੀ ਨੂੰ ਇੰਦੇ ਰਾਹੀ ਮਿਲ ਜਾਂਦੀ ਹੈ ਕਿ ਨੋਟਸ ਤੇ ਕਿਵਰੀ ਕਿਤਾਬਾਂ ਦੇ ਵਿੱਚ ਮਟੀਰੀਅਲ ਘੱਟ ਹੁੰਦਾ ਜਾਂ ਔਖਾ ਦਿੱਤਾ ਹੁੰਦਾ ਬੱਚੇ ਨੂੰ ਸਮਝ ਨਹੀਂ ਲੱਗਦਾ ਪਰ ਜਦੋਂ ਵੀ ਟੀਚਰ ਪੜ੍ਹਾਉਂਦਾ ਤਾਂ ਬੱਚੇ ਜਲਦੀ ਸਿੱਖ ਜਾਂਦੇ ਨੇ ਬੱਚੇ ਨੂੰ ਜਲਦੀ ਸਮਝ ਲੱਗ ਜਾਂਦੀ ਹੈ ਤਾਂ ਉਹ ਜੋ ਵੀ ਅਧਿਆਪਕ ਬੋਲਦਾ ਹੈ ਉਹਨਾਂ ਨੂੰ ਸੁਣ ਕੇ ਜਿਹੜੀਆਂ ਗੱਲਾਂ ਨੇ ਉਹ ਕਾਪੀ ਦੇ ਆਪਣੀ ਤੇ ਜਿਹੜੀ ਨੋਟ ਕਰਦੇ ਰਹਿੰਦੇ ਨੇ ਤਾਂ ਉਹਦੇ ਨਾਲ ਉਹ ਆਸਾਨੀ ਦੇ ਨਾਲ ਹੀ ਜਿਹੜੇ ਨੋਟਸ ਵੀ ਤਿਆਰ ਕਰ ਸਕਦੇ ਨੇ ਉਸ ਤੋਂ ਅੱਗੇ ਫਾਈਨਲ ਥਾਟ ਕਨਕਲੂਜਨ ਲੈਕਚਰ ਮੈਥਡ ਅਤੇ ਐਕਸਪਲੇਨੇਸ਼ਨ ਮੈਥਡ ਦੋਨਾਂ ਵਿੱਚ ਬਹੁਤ ਜ਼ਿਆਦਾ ਸਮਾਨਤਾਵਾਂ ਹਨ ਦੋਨਾਂ ਵਿੱਚ ਹੀ ਟੌਪਿਕ ਤੇ ਵਿਆਖਿਆ ਕੀਤੀ ਜਾਂਦੀ ਹੈ ਦੋਨਾਂ ਵਿੱਚ ਹੀ ਟੌਪਿਕ ਤੇ ਵਿਆਖਿਆ ਕੀਤੀ ਜਾਂਦੀ ਹੈ ਇਹਨਾਂ ਦੋਨਾਂ ਨੂੰ ਤੁਸੀਂ ਅਲੱਗ ਨਹੀਂ ਕਰ ਸਕਦੇ ਤੁਸੀਂ ਲੈਕਚਰ ਮੈਥਡ ਤੇ ਐਕਸਪਲੇਨੇਸ਼ਨ ਆ ਦੋਨੋਂ ਦੇ ਵਿੱਚ ਇਹਨਾਂ ਨੂੰ ਅਲੱਗ ਨਹੀਂ ਕਰ ਸਕਦੇ ਮਤਲਬ ਕਿ ਅੰਤਰ ਕਰਨਾ ਬਹੁਤ ਔਖਾ ਹੈ ਦੋਨਾਂ ਦੇ ਕੁਝ ਬਹੁਤ ਹੀ ਜ਼ਿਆਦਾ ਜਿਹੜੀਆਂ ਸਮਾਨਤਾ ਪਾਈ ਜਾਂਦੀਆਂ ਹਨ ਦੋਨੋਂ ਇੱਕ ਪ੍ਰਕਾਰ ਦੀ ਜਿਹੜੀ ਹੈ ਕਿਸੇ ਵੀ ਟੌਪਿਕ ਤੇ ਜਿਹੜੀ ਵਿਆਖਿਆ ਦੇਣ ਨਾਲ ਸੰਬੰਧਤ ਨੇ ਤਾਂ ਇਸੀਗਾ ਜੀ ਆਪਣੇ ਨੋਟਸ ਲੈਕਚਰ ਮੈਥਡ ਤੇ ਐਕਸਪਲੇਨੇਸ਼ਨ ਇਹਨਾਂ ਦੇ ਵਿੱਚ ਕੀ ਜਿਹੜੀਆਂ ਸਮਾਨਤਾਵਾਂ ਨੇ ਤਾਂ ਹੋਰ ਵੀ ਜਿਹੜੀਆਂ ਐਸਐਸਟੀ ਦੇ ਟੌਪਿਕਸ ਦੇ ਨਾਲ ਜਿਹੜੀਆਂ ਵੀਡੀਓ ਨੇ ਉਹ ਮੈਂ ਪਬਲਿਸ਼ ਜਿਹੜੀਆਂ ਕਰਦੀ ਰਹਾਂਗੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜੋ ਬੱਚੇ ਨਵੇਂ ਨੇ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਆਪਾਂ ਮਿਲਾਂਗੇ ਹੁਣ ਨਵੀਂ ਕੋਈ ਵੀਡੀਓ ਦੇ ਨਾਲ ਜੋ ਕਿ ਨੋਟਸ ਜਿਹੜੇ ਆ ਜਲਦ ਤੋਂ ਜਲਦ ਤਿਆਰ ਹੋ ਰਹੇ ਨੇ ਤੇ ਕੋਸ਼ਿਸ਼ ਕਰਾਂਗੇ ਕਿ ਜਲਦ ਤੋਂ ਜਲਦ ਜਿਹੜੇ ਨੋਟਸ ਆ ਉਹ ਤਿਆਰ ਹੋ ਜਾਂਦੇ ਤੁਹਾਨੂੰ ਜਲਦ ਤੋਂ ਜਲਦ ਮੈਂ ਪ੍ਰੋਵਾਈਡ ਕਰਵਾ ਦੇਵਾਂ ਧੰਨਵਾਦ ਜੀ